ਦੋਸਤੋ, ਪੰਜਾਬੀ ਸਿਨੇਮਾ ਫਾਰ ਯੂ 'ਤੇ ਮੈਂ ਇਕਬਾਲ ਸਿੰਘ ਚਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅਤੇ ਮੈਂ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਇਆ ਹਾਂ ਆਪਣਾ ਪ੍ਰੋਗਰਾਮ ਗੱਲਾਂ ਸਿਨੇਮੇ ਦੀਆਂ। ਜਿਵੇਂ ਕਿ ਮੈਂ ਆਪਣੀ ਥੰਬਨੇਲ ਵਿੱਚ ਲਿਖਿਆ ਆ, ਆਪਾਂ ਇਸ ਪ੍ਰੋਗਰਾਮ ਵਿੱਚ ਸਿਨੇਮੇ ਦੀਆਂ ਗੱਲਾਂ ਤਾਂ ਕਰਾਂਗੇ ਹੀ, ਸਿਨੇਮੇ ਦੀਆਂ ਗੱਪਾਂ ਬਾਰੇ ਵੀ ਗੱਲਬਾਤ ਕਰਨੀ ਆ। ਇਸ ਦੇ ਨਾਲ ਹੀ ਸ਼ਾਹਿਦ ਕਪੂਰ ਅਤੇ ਗੁਰਨਾਮ ਭੁੱਲਰ ਦੀਆਂ ਪਿਛਲੇ ਹਫ਼ਤੇ ਰਿਲੀਜ਼ ਹੋਈਆਂ ਦੋਹਾਂ ਫਿਲਮਾਂ ਦੀ ਗੱਲ ਕਰਾਂਗੇ ਅਤੇ ਆਉਂਦੇ ਸ਼ੁੱਕਰਵਾਰ ਨੂੰ ਲੱਗਣ ਵਾਲੀਆਂ ਫਿਲਮਾਂ ਦਾ ਜ਼ਿਕਰ ਵੀ ਕਰਾਂਗੇ। ਐਤਕੀ ਤਾਂ ਪੰਜਾਬੀਆਂ ਨੇ ਕਮਾਲ ਕਰ ਦਿੱਤੀ ਆ। ਬੁੱਕ ਮਾਈ ਸ਼ੋਅ ਦੇ ਅਨੁਸਾਰ 16 ਫਰਵਰੀ ਨੂੰ 4 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਉਹਨਾਂ ਵਿੱਚੋਂ 3 ਤਾਂ ਲੱਗਦਾ ਪੱਕੀਆਂ ਹੀ ਲੱਗ ਜਾਣਗੀਆਂ ਸ਼ਾਇਦ, ਅਤੇ ਚੌਥੀ ਦਾ ਮੈਨੂੰ ਥੋੜ੍ਹਾ ਜਿਹਾ ਡਾਊਟ ਆ, ਪਰ ਤਰੀਕ ਉਹਦੀ ਵੀ ਇਹਨਾਂ ਨੇ 16 ਫਰਵਰੀ ਹੀ ਦਿੱਤੀ ਹੋਈ ਆ ਰਿਲੀਜ਼ ਕਰਨ ਦੀ। ਅਤੇ ਦੋਸਤੋ, ਇਸ ਤੋਂ ਪਹਿਲਾਂ ਕਿ ਆਪਾਂ ਸਿਨੇਮੇ ਵੱਲ ਸ਼ੁਰੂ ਹੋਈਏ, ਮੇਰੀ ਸਾਡੇ ਨਵੇਂ ਮਿੱਤਰਾਂ, ਦੋਸਤਾਂ, ਸਨੇਹੀਆਂ ਨੂੰ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਿਆਂ ਘੰਟੀ 'ਤੇ ਵੀ ਉਂਗਲੀ ਲਾ ਦਿਓ। ਘੰਟੀ 'ਤੇ ਉਂਗਲੀ ਲਾਉਣ ਨਾਲ ਸਾਡੀ ਅਪਲੋਡ ਹੋਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ 'ਚ ਪਹੁੰਚਿਆ ਕਰਨੀ ਆ ਅਤੇ ਸਾਡੀ ਅਤੇ ਤੁਹਾਡੀ ਸਾਂਝ ਬਣੀ ਰਹਿਣੀ ਆ ਅਤੇ ਆਪਾਂ ਰਲ ਮਿਲ ਕੇ ਸਿਨੇਮੇ ਦੀਆਂ ਗੱਲਾਂ ਕਰਦੇ ਰਹਿਣਾ ਆ। ਅਤੇ ਦੋਸਤੋ, ਹੁਣ ਮੈਂ ਆਉਂਦਾ ਹਾਂ ਸਿਨੇਮੇ ਦੀਆਂ ਗੱਲਾਂ ਵੱਲ, ਸਿਨੇਮਾ ਟਾਕ। ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਉਸ ਗੱਪ ਦੀ ਜਿਹੜੀ ਕਿ ਸ਼ਾਇਦ 2024 ਦੀ ਸਭ ਤੋਂ ਵੱਡੀ ਗੱਪ ਹੋਵੇਗੀ, ਅਤੇ ਉਹ ਗੱਪ ਹੈ ਫਿਲਮ ਵਾਰਨਿੰਗ ਦੀ। ਵਾਰਨਿੰਗ ਨੇ ਪਿਛਲੇ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਹਫ਼ਤਾ ਪੂਰਾ ਕਰ ਲਿਆ ਸੀ ਅਤੇ ਸ਼ਨਿਚਰਵਾਰ ਹੀ ਇੱਕ ਬੜਾ ਵੱਡਾ ਪੋਸਟਰ ਸੋਸ਼ਲ ਮੀਡੀਆ ਉੱਤੇ ਆ ਗਿਆ ਕਿ ਫਿਲਮ ਨੇ 17.5 ਕਰੋੜ ਦੀ ਕਮਾਈ ਕਰਕੇ ਰਿਕਾਰਡ ਕਾਇਮ ਕਰ ਲਿਆ ਆ। ਕਦੇ ਤੁਸੀਂ ਸੁਣੀ ਆ ਇੰਨੀ ਵੱਡੀ ਗੱਪ? ਆ ਦੇਖ ਲਓ, ਪੋਸਟਰ ਪਹਿਲਾਂ ਹੀ ਛਾਪ ਕੇ ਰੱਖੇ ਹੁੰਦੇ ਆ। 200% ਮੈਂ ਇਸ ਲਈ ਕਹਾਂਗਾ ਕਿ ਫਿਲਮੀ ਕਲੈਕਸ਼ਨ ਦੇ ਬਹੁਤ ਸਾਰੇ ਵੈਬਸਾਈਟ ਆ, ਉਹ ਵੀ ਆਪੋ ਆਪਣੇ ਅੰਦਾਜ਼ਿਆਂ ਮੁਤਾਬਕ ਫਿਲਮ ਦੀ ਕਲੈਕਸ਼ਨ ਦੀ ਗੱਲ ਕਰਦੇ ਆ, ਅਤੇ ਉਹਨਾਂ ਮੁਤਾਬਕ ਵਾਰਨਿੰਗ ਨੇ ਪਹਿਲੇ ਹਫ਼ਤੇ ਵਿੱਚ ਕੁੱਲ ਮਿਲਾ ਕੇ 6 ਕਰੋੜ ਦੇ ਕਰੀਬ ਦੀ ਕਮਾਈ ਕੀਤੀ ਸੀ। ਭਾਰਤ ਵਿੱਚ ਕੋਈ 4.25 ਕਰੋੜ ਦੀ, ਅਤੇ ਬਾਕੀ ਦੀ ਕਮਾਈ ਓਵਰਸੀਜ਼ 'ਚੋਂ ਹੋਈ ਸੀ। ਓਵਰਸੀਜ਼ ਵਿੱਚ ਇਹ ਫਿਲਮ ਬਹੁਤੀ ਪਸੰਦ ਨਹੀਂ ਕੀਤੀ ਗਈ ਸੀ, ਅਤੇ ਦੋਸਤੋ 6 ਕਰੋੜ ਦੀ ਤਸਦੀਕ ਬਹੁਤ ਸਾਰੇ ਵੈਬਸਾਈਟਸ ਨੇ ਕੀਤੀ ਹੈ ਜਿਹੜੇ ਫਿਲਮਾਂ ਦੀਆਂ ਕਲੈਕਸ਼ਨਾਂ ਦਿੰਦੇ ਹਨ, ਅਤੇ ਇਹਨਾਂ ਦਾ ਪੋਸਟਰ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਆ। ਵੈਬਸਾਈਟ ਕਹਿ ਰਹੇ ਆ ਫਿਲਮ ਨੇ 6 ਕਰੋੜ ਕਮਾਇਆ, ਅਤੇ ਇਹ ਕਹਿ ਰਿਹਾ ਜੀ 17.5 ਕਰੋੜ। ਹੁਣ ਹੋ ਗਈ ਨਾ 200% ਦੀ ਗੱਪ, ਅਤੇ 200% ਹੀ ਝੂਠ। ਅਸੀਂ ਤਾਂ ਬੜੀ ਦੇਰ ਤੋਂ ਕਹਿੰਦੇ ਆ ਰਹੇ ਹਾਂ ਵੀ ਇਹਨਾਂ ਪੋਸਟਰਾਂ 'ਤੇ ਭਰੋਸਾ ਨਾ ਕਰੋ, ਕਿਤੋਂ ਇੱਧਰੋਂ ਉੱਧਰੋਂ ਖੋਜ ਕਰ ਲਓ ਜਾਂ ਸਿਨੇਮੇ ਵਾਲਿਆਂ ਤੋਂ ਪੁੱਛ ਲਓ। ਪਰ ਸਾਡੇ ਸੋਸ਼ਲ ਮੀਡੀਆ ਦੇ ਵੀ ਕਈ ਬੰਦੇ ਬੜੇ ਕਾਲੇ ਹੁੰਦੇ ਆ, ਉਹ ਬੱਲੇ ਬੱਲੇ ਲੈਣ ਲਈ ਬਸ ਜਿੱਦਾਂ ਹੀ ਪੋਸਟ ਆਉਂਦੀ ਉਹਨੂੰ ਵਾਇਰਲ ਕਰ ਦਿੰਦੇ ਆ ਅਤੇ ਰਿਵਿਊ ਕਰ ਦਿੰਦੇ ਆ ਜੀ ਫਿਲਮ ਨੇ ਤਾਂ ਕਮਾਲ ਕਰਤੀ ਆ, ਤਹਿਹਾਂ ਲਾ ਦਿੱਤੀਆਂ ਆ। ਉਹ ਭਾਈ, ਤਹਿਹਾਂ ਦੀ ਖੋਜ ਵੀ ਕਰ ਲਓ, ਉਹ ਤਹਿਹਾਂ ਨੂੰ ਵਾਲੀ ਪਏ ਹੁੰਦੇ ਆ, ਇਹ ਹੀ ਪ੍ਰੈਸ ਪਰੋਸ ਕਰਕੇ ਚੀਜ਼ ਤੁਹਾਡੇ ਸਾਹਮਣੇ ਪੋਸਟਰ ਬਣਾ ਕੇ ਰੱਖ ਦਿੰਦੇ ਆ ਵੀ ਆਹ ਦੇਖ ਲਓ ਜੀ। ਔਰ ਇਹੋ ਜਿਹਾ ਝੂਠ ਅੱਜ ਤੋਂ ਨਹੀਂ, ਬੜੇ ਸਾਲਾਂ ਤੋਂ ਚੱਲਦਾ ਆ ਰਿਹਾ ਆ। ਇੱਕ ਵਾਰੀ ਤਾਂ ਇੱਕ ਫਿਲਮ ਦੀ ਕਲੈਕਸ਼ਨ ਦਾ ਪੋਸਟਰ ਹੀ ਬੁੱਧਵਾਰ ਪਾ ਦਿੱਤਾ ਗਿਆ, ਜਦਕਿ ਹਾਲੇ ਵੀਰਵਾਰ ਆਉਣਾ ਸੀ ਅਤੇ ਸ਼ੁੱਕਰਵਾਰ ਨੂੰ ਹਫ਼ਤਾ ਪੂਰਾ ਹੋਣਾ ਸੀ, ਮਤਲਬ ਵੀਰਵਾਰ ਦਾ ਪਤਾ ਲੱਗਣਾ ਸੀ, ਅਤੇ ਉਹਨਾਂ ਨੇ ਤਾਂ ਬੁੱਧਵਾਰ ਨੂੰ ਪੂਰੇ ਹਫ਼ਤੇ 'ਤੇ ਸੁਪਰ ਹਿੱਟ ਆਖ ਦਿੱਤਾ ਸੀ ਵੀ ਸਾਡੀ ਫਿਲਮ ਆਹ ਦੇਖੋ ਜੀ ਇੰਨੀ ਕਲੈਕਸ਼ਨ ਹੋ ਗਈ। ਅਸੀਂ ਕਈ ਵਾਰ ਜ਼ਿਕਰ ਕਰਦੇ ਹਾਂ ਵੀ ਇਹੋ ਜਿਹਾ ਝੂਠ ਬੋਲਣ ਦਾ ਕੀ ਫਾਇਦਾ, ਲੇਕਿਨ ਮੇਰੇ ਇੱਕ ਫਿਲਮੀ ਦੋਸਤ ਦਾ ਕਹਿਣਾ ਸੀ ਵੀ ਚਾਨਾ ਜੀ ਇਹਦਾ ਫਾਇਦਾ ਬੜਾ ਹੁੰਦਾ ਆ, ਇਹ ਸਾਰੇ ਪ੍ਰੋਡਿਊਸਰ ਜਿਹੜੇ ਆ ਨਾ ਇਹ ਬਟੇਰੇ ਭਾਲਦੇ ਆ ਪੈਸੇ ਵਾਲੇ, ਔਰ ਜੇ ਇਹ ਦੁੱਗਣੀ ਤਿੱਗਣੀ ਕਮਾਈ ਕਰਕੇ ਦਿਖਾਉਣਗੇ ਤਾਂ ਕਿਤੇ ਨਾ ਕਿਤੇ ਤਾਂ ਇਹਨਾਂ ਦਾ ਜਾਲ ਵੇਚੀ ਜਾਣਾ ਹੁੰਦਾ ਆ। ਸਾਰੇ ਬੰਦੇ ਪੂਰੀ ਖੋਜ ਤਾਂ ਕਰਦੇ ਨਹੀਂ ਵੀ ਫਿਲਮ ਨੇ ਅਸਲ ਕਮਾਈ ਕਿੰਨੀ ਕੀਤੀ ਆ, ਇਹ ਵੀ ਪ੍ਰੋਡਿਊਸਰਾਂ ਦਾ ਅੱਗੋਂ ਪੈਸੇ ਵਾਲੇ ਬੰਦਿਆਂ
ਬੰਦਿਆਂ ਨੂੰ ਫਾਉਣ ਲਈ ਜਾਂ ਫਸਾਉਣ ਲਈ ਇੱਕ ਹਥਕੰਡਾ ਹੁੰਦਾ ਆ। ਇਹੋ ਜਿਹੀਆਂ ਗੱਪਾਂ ਮਾਰਨ ਵਾਲੇ ਗਰੁੱਪਾਂ ਨੇ ਬਹੁਤ ਸਾਰੇ ਪ੍ਰੋਡਿਊਸਰ ਬਰਬਾਦ ਕੇ ਆ, ਖਾਸ ਕਰਕੇ ਵਿਦੇਸ਼ਾਂ ਵਾਲੇ। ਉਹਨਾਂ ਨੂੰ ਸਬਜ਼ ਬਾਗ ਦਿਖਾ ਕੇ ਬੜਾ ਪੈਸਾ ਲੁੱਟਿਆ ਤੇ ਅੱਗੋਂ ਉਹਨਾਂ ਨੂੰ ਫਿਲਮ ਬਣਾਉਣ ਜੋਗੇ ਨਹੀਂ ਛੱਡਿਆ। ਦੋਸਤੋ, ਪਿਛਲੇ ਹਫ਼ਤੇ ਸਾਡੇ ਹੀਰੋ ਗੁਰਨਾਮ ਭੁੱਲਰ ਦੀ ਫਿਲਮ ਖਿਡਾਰੀ ਵੀ ਰਿਲੀਜ਼ ਹੋਈ ਸੀ। ਫਿਲਮ ਦੇ ਰਿਵਿਊ ਬੜੇ ਅੱਛੇ ਹਨ। ਮੈਂ ਤਾਂ ਨਹੀਂ ਵੇਖੀ, ਲੇਕਿਨ ਬਹੁਤ ਸਾਰੇ ਸਮੀਖਿਆਕਾਰਾਂ ਨੇ ਫਿਲਮ ਦੇ ਸਕ੍ਰਿਪਟ, ਫਿਲਮ ਦੇ ਡਾਇਰੈਕਟਰ ਅਤੇ ਫਿਲਮ ਦੇ ਐਕਟਰਾਂ ਦੀ ਬੜੀ ਤਾਰੀਫ ਕੀਤੀ ਆ। ਲੇਕਿਨ ਅਫਸੋਸ ਦੀ ਗੱਲ ਆ ਵੀ ਇਹ ਫਿਲਮ ਨਹੀਂ ਚੱਲੀ। ਕਿਉਂ ਨਹੀਂ ਚੱਲੀ, ਇਹੀ ਅਸੀਂ ਤੁਹਾਨੂੰ ਦੱਸਣ ਆਇਆ। ਦੋਸਤੋ, 2022 ਵਿੱਚ ਹੀ ਅਸੀਂ ਵਾਰਨਿੰਗ ਤਾਂ ਨਹੀਂ ਦਿੱਤੀ ਸੀ, ਪਰ ਸਲਾਹ ਜ਼ਰੂਰ ਦਿੱਤੀ ਸੀ ਗੁਰਨਾਮ ਭੁੱਲਰ ਅਤੇ ਐਮੀ ਵਿਰਕ ਨੂੰ ਵੀ ਹਰ ਦੂਜੇ ਮਹੀਨੇ ਫਿਲਮਾਂ ਨਾ ਦੇਈ ਜਾਓ, ਥੋੜ੍ਹਾ ਸਾਹ ਲੈ ਲਓ, ਕੋਈ ਚੱਜ ਦੀਆਂ ਫਿਲਮਾਂ ਚੁਣੋ ਅਤੇ ਉਹਨਾਂ 'ਤੇ ਕੰਮ ਕਰੋ। ਲੇਕਿਨ ਸਾਡੀ ਸਲਾਹ ਮੰਨਦਾ ਕੌਣ ਆ? ਐਮੀ ਵਿਰਕ ਅਤੇ ਗੁਰਨਾਮ ਭੁੱਲਰ ਨੇ ਅਜੇ ਤੱਕ ਆਪਣੀਆਂ ਨਵੀਆਂ ਫਿਲਮਾਂ ਦੀ ਸਪੀਡ ਘੱਟ ਨਹੀਂ ਕੀਤੀ, ਕਿਉਂਕਿ ਮਾਇਆ ਦੇ ਆਉਂਦੇ ਗੱਫਿਆਂ ਨੂੰ ਕੌਣ ਛੱਡੇ? ਅੱਜ ਕੱਲ੍ਹ ਵੈਸੇ ਵੀ ਕਲਾ ਨਾਲੋਂ ਜਾਂ ਐਕਟਿੰਗ ਨਾਲੋਂ ਜਾਂ ਫਿਲਮ ਦੇ ਸਕ੍ਰਿਪਟ ਨਾਲੋਂ ਪਹਿਲਾ ਮਹੱਤਵ ਤਾਂ ਇਹਨਾਂ ਦਾ ਪੈਸਾ ਹੀ ਹੁੰਦਾ ਆ, ਅਤੇ ਨੀਲੇ ਨੋਟ ਦੇਖ ਕੇ ਫਿਰ ਫਿਲਮ ਨੂੰ ਨਾਂ ਵੀ ਨਹੀਂ ਕਰਦੇ। ਇਹੀ ਕਾਰਨ ਹੈ ਕਿ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਆ ਉਹਦੇ ਜ਼ਿੰਮੇਵਾਰ ਖੁਦ ਹੀ ਨੇ, ਕਿਉਂਕਿ ਦਰਸ਼ਕ ਹੁਣ ਇਹਨਾਂ ਦੀ ਫਿਲਮ ਵੇਖਣੀ ਨਹੀਂ ਚਾਹੁੰਦਾ, ਕਿਉਂਕਿ ਇਹਨਾਂ ਨੇ ਤੜਾ ਤੜ ਬੇਸਰਫ ਪਈਆਂ ਫਿਲਮਾਂ ਦਰਸ਼ਕਾਂ ਅੱਗੇ ਪਰੋਸਣੀਆਂ ਸ਼ੁਰੂ ਕਰਤੀਆਂ। ਤੇ ਹੁਣ ਕਿਹੜਾ ਬੰਦਾ ਆ ਵੀ ਜਿਹੜਾ ਹਰ ਵਾਰੀ ਹਰ ਤੀਜੇ ਮਹੀਨੇ ਇਹਨਾਂ ਦੀ ਫਿਲਮ ਤੇ ਆਪਣਾ 250-300 ਰੁਪਈਆ ਖਰਚੇਗਾ? ਅਸਲ 'ਚ ਲੋਕਾਂ ਨੇ ਇਹਨਾਂ ਨੂੰ ਸਟਾਰ ਬਣਾ ਦਿੱਤਾ ਸੀ, ਪਰ ਇਹਨਾਂ ਨੂੰ ਆਪਣਾ ਸਟਾਰਡਮ ਸਾਂਭਣਾ ਨਹੀਂ ਆਇਆ। ਹਾਲੇ ਹੋਰ ਦੇਖੋ, ਹੋਰ ਵੀ ਬੜੇ ਲਾਈਨ 'ਚ ਲੱਗੇ ਆ। ਇੱਕ ਦੋ ਬੰਦੇ ਹੈਗੇ ਆ, ਦਿਲਜੀਤ ਦੋਸਾਂਝ ਹੈਗਾ ਆ, ਉਹਨੇ ਆਪਣਾ ਸਟਾਰਡਮ ਕਾਇਮ ਰੱਖਿਆ ਹੋਇਆ ਆ, ਅੱਜ ਵੀ ਉਹ ਸਾਲ ਵਿੱਚ 1-2 ਤੋਂ ਵੱਧ ਫਿਲਮਾਂ ਨਹੀਂ ਦਿੰਦਾ। ਅਮਰਿੰਦਰ ਗਿੱਲ ਹੈਗਾ ਆ, ਅਮਰਿੰਦਰ ਗਿੱਲ ਦੀ ਤਾਂ ਲੋਕ ਹੁਣ ਫਿਲਮ ਉਡੀਕ ਰਹੇ ਆ, ਦੇਖੋ ਕਦ ਦਰਸ਼ਨ ਦਿੰਦਾ ਆ। ਆਹ ਹੁੰਦਾ ਸਟਾਰਡਮ, ਇਹ ਨੇ ਵੀ ਹਰ 30 ਮਹੀਨੇ ਤੁਸੀਂ ਫਿਲਮ ਸਿੱਟੀ ਜਾਓ ਤੇ ਫਿਰ ਲੋਕੀ ਵੀ ਕਹਿੰਦੇ ਆ ਵੀ ਹੁਣ ਤੂੰ ਡਿੱਗਿਆ ਹੀ ਰਹਿ, ਤੇਰੀ ਫਿਲਮ ਅਸੀਂ ਸਿੱਟੀ ਦੇਣੀ ਆ। ਦੋਸਤੋ, ਗੁਰਨਾਮ ਭੁੱਲਰ ਦੀ ਇਹ 12ਵੀਂ ਫਿਲਮ ਸੀ। 12 ਫਿਲਮਾਂ ਤੋਂ ਪਹਿਲਾਂ ਇੱਕ ਫਿਲਮ ਅਫਸਰ ਆਈ ਸੀ ਜਿਹੜੀ ਉਹਦੀ ਪਹਿਲੀ ਫਿਲਮ ਸੀ, ਤੇ ਉਹਦੇ ਵਿੱਚ ਇੱਕ ਗਾਣੇ ਵਿੱਚ ਉਹਨੇ ਬਤੌਰ ਮਾਡਲ ਵੀ ਰੋਲ ਜਿਹਾ ਨਿਭਾਇਆ ਸੀ, ਤੇ ਇਹਨਾਂ 12 ਫਿਲਮਾਂ ਵਿੱਚੋਂ ਉਹਦੀਆਂ ਕੇਵਲ 2 ਫਿਲਮਾਂ ਹਿੱਟ ਹੋਈਆਂ। ਉਹ ਫਿਲਮਾਂ ਸਨ ਗੁੱਡੀਆਂ ਪਟੋਲੇ ਅਤੇ ਸੁਰਖੀ ਬਿੰਦੀ, ਜਿਹਨਾਂ ਦਾ ਜ਼ਿਕਰ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਕਿ ਇਹਨਾਂ ਫਿਲਮਾਂ ਦੀ ਸਫਲਤਾ ਦਾ ਸਿਹਰਾ ਤਾਂ ਫਿਲਮਾਂ ਦੀਆਂ ਹੀਰੋਇਨਾਂ ਦੇ ਸਿਰ 'ਤੇ ਹੀ ਬੱਝਿਆ ਸੀ। ਗੁਰਨਾਮ ਭੁੱਲਰ ਤਾਂ ਇਹਨਾਂ ਫਿਲਮਾਂ ਵਿੱਚ ਬਤੌਰ ਹੀਰੋ ਇੱਕ ਫੀਲਿੰਗ ਸੀਗਾ। ਬੰਦੇ ਦੀਆਂ ਫਿਲਮਾਂ ਹਿੱਟ ਹੋ ਗਈਆਂ ਤਾਂ ਇਹ ਥੋੜ੍ਹਾ ਵੀ ਹੁਣ ਅੱਖਾਂ ਬੰਦ ਕਰ ਲਾ ਅਤੇ ਸਾਈਨ ਮਾਰੀ ਜਾ ਅਤੇ ਨੋਟ ਇਕੱਠੇ ਕਰੀ ਜਾ, ਜੇ ਅੱਗੋਂ ਸੰਭਲਦਾ ਤਾਂ ਆਹ ਹਸ਼ਰ ਤਾਂ ਨਾ ਹੁੰਦਾ ਜਿਹੜਾ ਹੁਣ ਵੇਖਣਾ ਪੈ ਰਿਹਾ ਆ। ਦੋਸਤੋ, 2019 ਵਿੱਚ ਇਹਦੀ ਹਾਈ ਐਂਡ ਜਾ ਰਹੀਆਂ ਫਿਲਮ ਆਈ ਸੀ, ਉਹ ਪਹਿਲੀ ਫਿਲਮ ਸੀ। ਉਸ ਤੋਂ ਬਾਅਦ ਆਹ ਹੁਣ 11 ਹੋਰ ਆ ਗਈਆਂ ਅਤੇ ਇਹਨਾਂ ਵਿੱਚੋਂ 2 ਚੱਲੀਆਂ ਆ ਅਤੇ ਟੋਟਲ 10 ਫਿਲਮਾਂ ਇਹਦੀਆਂ ਫਲੋਪ ਹੋ ਗਈਆਂ। ਖਿਡਾਰੀ ਨੇ ਪਹਿਲੇ 4 ਦਿਨਾਂ ਵਿੱਚ ਭਾਵ ਸੋਮਵਾਰ ਤੱਕ ਪੂਰੇ ਭਾਰਤ ਵਿੱਚ ਕੁੱਲ 88 ਲੱਖ ਰੁਪਈਏ ਇਕੱਠੇ ਕੀਤੇ ਆ, ਜਦਕਿ ਸਾਡੇ ਹੀਰੋ ਸਾਹਿਬ ਵੀ 1.5-2 ਕਰੋੜ ਮੰਗ ਰਹੇ ਆ। ਹੁਣ ਕੀ ਬਣੂ ਸਿਨੇਮੇ ਦਾ, ਤੁਸੀਂ ਅਸੀਂ ਸਾਰੇ ਸਮਝ ਲੈਂਦੇ ਹਾਂ। ਪਿਛਲੇ ਸਾਲ ਆਈਆਂ ਇਹਦੀਆਂ ਦੋਨੋਂ ਫਿਲਮਾਂ ਸਾਫ ਸੀ, ਅਤੇ ਉਸ ਤੋਂ ਪਹਿਲੇ ਸਾਲ ਆਈਆਂ ਸਾਰੀਆਂ ਫਿਲਮਾਂ ਵੀ ਫਲੋਪ ਸਨ। ਗੁਰਨਾਮ ਭੁੱਲਰ ਇੱਕ ਸੋਹਣਾ ਸੁਨੱਖਾ ਹੀਰੋ ਆ, ਜੇ ਹੁਣ ਗੁਰਨਾਮ ਭੁੱਲਰ ਨੇ ਇੱਕ ਵਧੀਆ ਫਿਲਮ ਦਿੱਤੀ ਵੀ ਦਰਸ਼ਕਾਂ ਨੇ ਉਹ ਵੀ ਨਕਾਰ ਦਿੱਤੀ, ਮਤਲਬ ਦਰਸ਼ਕਾਂ ਦੀ ਮੱਚ ਜਿਹੀ ਮਰ ਗਈ ਆ ਵੀ ਇਹਦੀ ਫਿਲਮ ਐਵੇਂ ਹੀ ਹੋਣੀ ਆ। ਇਸ ਲਈ ਉਸਦਾ ਨੁਕਸਾਨ ਇੱਕ ਚੰਗੀ ਅਤੇ ਵਧੀਆ ਫਿਲਮ ਨੂੰ ਵੀ ਉਠਾਉਣਾ ਪਿਆ ਆ। ਖੈਰ, ਹਾਲੇ ਵੀ ਸਬਜੈਕਟ ਚੁਣ ਚੁਣ ਕੇ ਕਰੇਗਾ, ਕੋਈ ਨਹੀਂ ਅੱਗੋਂ ਫਿਲਮਾਂ ਚੱਲਣਗੀਆਂ ਵੀ। ਪਰ ਸਾਡੀ ਤਾਂ ਇਸ ਅਜੀਜ਼ ਹੀਰੋ ਨੂੰ ਇਹੀ ਸਲਾਹ ਆ ਵੀ ਭਾਈ ਪੂਰੀ ਤਰ੍ਹਾਂ ਸੋਚ ਸਮਝ ਕੇ ਫਿਲਮਾਂ ਸਾਈਨ ਕਰ,
ਨਹੀਂ ਤਾਂ ਤੂੰ ਹਾਈ ਐਂਡ ਯਾਰੀਆਂ ਤੋਂ ਸ਼ੁਰੂ ਹੋਇਆ ਸੀ ਤੇ ਅੱਗੋਂ ਇੱਕ ਦੋ ਫਿਲਮਾਂ ਬਾਅਦ ਕਿਤੇ ਤੇਰੇ ਕੈਰੀਅਰ ਨੂੰ ਹੀ ਐਂਡ ਨਾ ਲੱਗ ਜਾਵੇ। ਸਾਨੂੰ ਤਾਂ ਇਹੀ ਚਿੰਤਾ ਆ, ਅਸੀਂ ਤਾਂ ਸਲਾਹ ਦੇਣੀ ਸੀ ਦੇ ਦਿੱਤੀ ਆ, ਅੱਗੇ ਭਾਈ ਉਹਦੀ ਮਰਜ਼ੀ। ਤੇ ਦੋਸਤੋ, ਸਾਡਾ ਇੱਕ ਬਾਲੀਵੁੱਡ ਵਿੱਚ ਵੀ ਗੁਰਨਾਮ ਭੁੱਲਰ ਆ, ਉਹਦਾ ਅਸਲ ਨਾਂ ਤਾਂ ਸ਼ਾਹਿਦ ਕਪੂਰ ਹੀ ਆ। ਉਹਨੇ ਵੀ ਕਈ ਹਿੱਟ ਫਿਲਮਾਂ ਦਿੱਤੀਆਂ, ਕਈ ਫਲੋਪ ਵੀ ਦਿੱਤੀਆਂ, ਪਰ ਪਤਾ ਨਹੀਂ ਉਹਦੀਆਂ ਆਦਤਾਂ ਆ, ਪਤਾ ਨਹੀਂ ਕੀ ਉਹਦੇ ਗ੍ਰਹਿ ਚੱਕਰ ਹਨ। ਪ੍ਰੋਡਿਊਸਰਾਂ ਤੋਂ ਪੈਸੇ ਹੀ ਇੰਨੇ ਮੰਗ ਲੈਂਦਾ ਆ ਵੀ ਕੋਈ ਉਹਦੇ ਘਰ ਦੀ ਜਾ ਕੇ ਬੈਲ ਹੀ ਨਹੀਂ ਵਜਾਉਂਦਾ। 4 ਸਾਲ ਪਹਿਲਾਂ ਐਨੀਮਲ ਵਾਲੇ ਸੰਦੀਪ ਵਾਂਗਾ ਨੇ ਇਹਨੂੰ ਲੈ ਕੇ ਇੱਕ ਫਿਲਮ ਬਣਾਈ ਸੀ ਕਬੀਰ ਸਿੰਘ, ਫਿਲਮ ਸੁਪਰ ਡੁਪਰ ਹਿੱਟ ਹੋ ਗਈ, ਪ੍ਰੋਡਿਊਸਰਾਂ ਨੇ ਇਹਨੂੰ ਸਾਈਨ ਵੀ ਕਰ ਲਿਆ। ਹੁਣ ਪਤਾ ਨਹੀਂ ਕੀ ਹੋਇਆ, ਉਹ ਫਿਲਮਾਂ ਗਾਂ ਤੁਰੀਆਂ ਹੀ ਨਹੀਂ ਜਾਂ ਬਣੀਆਂ ਹੀ ਨਹੀਂ ਜਾਂ ਕਿਉਂ ਰੁਕ ਗਈਆਂ। ਤੇ ਹੁਣ ਇਹਦੀ ਇੱਕ ਫਿਲਮ ਆਈ ਆ, ਤੇਰੀ ਬਾਤੋਂ ਮੈਂ ਉਲਝਾ ਜੀ ਆ। ਫਿਲਮ ਨੂੰ ਠੀਕ ਠਾਕ ਓਪਨਿੰਗ ਲੱਗੀ ਆ, ਪਰ ਓਨੀ ਨਹੀਂ ਜਿੰਨੀ ਉਮੀਦ ਸੀ। ਫਿਲਮ ਨੇ ਪਹਿਲੇ 4 ਦਿਨਾਂ ਵਿੱਚ 30 ਕਰੋੜ ਦੀ ਕਮਾਈ ਕੀਤੀ ਆ, ਜਦਕਿ ਇਦੋਂ ਜ਼ਿਆਦਾ ਪੈਸਾ ਤਾਂ ਸ਼ਾਹਿਦ ਕਪੂਰ ਹੀ ਮੰਗ ਲੈਂਦਾ ਆ। ਸ਼ਾਹਿਦ ਕਪੂਰ ਵੀ ਇੱਕ ਬੜਾ ਸੁਨੱਖਾ ਤੇ ਵਧੀਆ ਐਕਟਰ ਆ, ਪਰ ਉਹਦੇ ਵਿੱਚ ਕੀ ਨੁਕਸ ਆ, ਕੀ ਉਹਦੀ ਪ੍ਰੋਬਲਮ ਆ ਵੀ ਉਹ ਪ੍ਰੋਡਿਊਸਰਾਂ ਦਾ ਚਹੇਤਾ ਹੀਰੋ ਨਹੀਂ ਬਣ ਸਕਿਆ। ਦੋਸਤੋ, ਬਾਲੀਵੁੱਡ ਦੀ ਇੱਕ ਹੋਰ ਸੀਰੀਅਸ ਖਬਰ ਵੀ ਹੈ, ਪ੍ਰਸਿੱਧ ਹੀਰੋ ਮਿਥੁਨ ਚੱਕਰਵਰਤੀ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਪਿਛਲੇ ਦਿਨੀ ਉਹ ਕਲਕੱਤਾ ਵਿੱਚ ਇੱਕ ਬੰਗਾਲੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਰਾਣੀ ਮੁਖਰਜੀ ਦੀ ਮਾਸੀ ਦੇਵਾਸ਼੍ਰੀ ਰਾਏ ਨਾਲ ਉਹਨਾਂ ਦਾ ਇੱਕ ਸੀਨ ਚੱਲ ਰਿਹਾ ਸੀ ਕਿ ਉਹ ਇੱਕਦਮ ਡਿੱਗ ਗਿਆ। ਫੌਰਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਉਹ ਜੇਰੇ ਇਲਾਜ ਹਨ, ਪਰ ਹਾਲਤ ਅਜੇ ਚਿੰਤਾਜਨਕ ਹੈ। ਚਲੋ, ਅਸੀਂ ਤੁਸੀਂ ਮਿਲ ਕੇ ਦੁਆ ਕਰਦੇ ਹਾਂ ਵੀ ਮਿਥੁਨ ਦਾਦਾ ਤੰਦਰੁਸਤ ਹੋ ਕੇ ਜਲਦੀ ਜਲਦੀ ਆਪਣੇ ਘਰ ਪਹੁੰਚਣ। ਦੋਸਤੋ, ਮੈਂ ਇਸ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀਆਂ 4 ਫਿਲਮਾਂ ਦੀ ਗੱਲ ਕਰਾਂਗਾ। ਹੈ ਨਾ ਪੰਜਾਬੀਆਂ ਦੀ ਬੱਲੇ ਬੱਲੇ, ਕੋਈ ਨਹੀਂ, ਫਿਲਮਾਂ ਭਿੜਨ, ਬੰਦੇ ਫਿਲਮਾਂ ਵੇਖਣ ਆਉਣ ਨਾ ਆਉਣ, ਅਸੀਂ ਤਾਂ 4-4 ਫਿਲਮਾਂ ਭੇੜ ਹੀ ਲੈਣੀਆਂ ਆ। ਹਾਲਾਂਕਿ ਮੈਨੂੰ ਇਹਨਾਂ ਵਿੱਚੋਂ ਇੱਕ ਫਿਲਮ ਦਾ ਡਾਊਟ ਆ, ਉਹ ਫਿਲਮ ਗੁਗਨੀ ਗਿੱਲ ਦੀ ਆ, ਜੱਟੀ 15 ਮੁਰੱਬਿਆਂ ਵਾਲੀ, ਕਿਉਂਕਿ ਫਿਲਮ ਦਾ ਤਾਂ ਅਜੇ ਤੱਕ ਟ੍ਰੇਲਰ ਹੀ ਨਹੀਂ ਆਇਆ। ਬੁੱਕ ਮਾਈ ਸ਼ੋਅ ਨੇ ਫਿਲਮ ਦੀ ਰਿਲੀਜ਼ ਡੇਟ ਭਾਵੇਂ 16 ਫਰਵਰੀ ਦਿੱਤੀ ਹੋਈ ਆ, ਪਰ ਜੇ ਹਾਲੇ ਟ੍ਰੇਲਰ ਹੀ ਦੇਖਣ ਨੂੰ ਨਹੀਂ ਮਿਲਿਆ ਤਾਂ ਫਿਲਮ ਦਾ ਕੀ ਬਣੂੰਗਾ। ਇਸ ਲਈ ਮੈਨੂੰ ਨਹੀਂ ਲੱਗਦਾ ਵੀ ਇਹ ਫਿਲਮ ਰਿਲੀਜ਼ ਹੋਏਗੀ, ਕੋਈ ਬਹਾਨਾ ਬਹੁਨਾ ਮਾਰ ਕੇ ਅੱਗੇ ਲੈ ਜਾਣਗੇ। ਵੈਸੇ ਵੀ 4-4 ਫਿਲਮਾਂ ਦਾ ਭਿੜਨਾ ਕੋਈ ਚੰਗੀ ਗੱਲ ਵੀ ਨਹੀਂ। ਦੋਸਤੋ, ਜਿਹੜੀਆਂ 3 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਉਹਨਾਂ ਵਿੱਚੋਂ ਇੱਕ ਫਿਲਮ ਸਾਡੀ ਸਿੰਮੀ ਚਾਹਲ ਦੀ ਹੈ, ਜਿਸ ਦੇ ਨਾਲ ਪਾਕਿਸਤਾਨੀ ਹੀਰੋ ਹੈ ਇਮਰਾਨ ਅਬਾਸ ਨਕਵੀ। ਟ੍ਰੇਲਰ ਵਿੱਚ ਮਿੰਟੂ ਕਾਪਾ ਵੀ ਨਜ਼ਰ ਆਉਂਦਾ ਆ, ਅਤੇ ਇਸ ਫਿਲਮ ਨੂੰ ਥਾਪਰ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਆ। ਇਸ ਥਾਪਰ ਨੂੰ ਵੀ ਹਿੱਟ ਫਿਲਮ ਦੀ ਬੜੀ ਜ਼ਰੂਰਤ ਆ। ਪਿਛਲੇ ਦਸੰਬਰ 'ਚ ਆਈ ਇਹਦੀ ਫਿਲਮ ਪਰਿੰਦਾ ਪਾਰ ਗਿਆ, ਫਲੋਪ ਹੋ ਗਈ ਸੀ। ਹੋਰ ਵੀ ਕਈ ਫਿਲਮਾਂ ਲਿਖੀਆਂ ਹਨ, ਅਤੇ ਦੂਜੀ ਫਿਲਮ ਹੈ ਓਏ ਭੋਲੇ ਓਏ। ਇਸ ਫਿਲਮ ਦਾ ਕਰਤਾ ਧਰਤਾ ਦੀਦਾਰ ਗਿੱਲ ਆ। ਦੀਦਾਰ ਗਿੱਲ ਇੱਕ ਵਧੀਆ ਐਕਟਰ ਆ, ਇਹ ਇੱਕ ਕੌਮੇਡੀ ਫਿਲਮ ਆ। ਇਹ ਦੇਖੋ ਹੁਣ ਕਿੰਨੇ ਕੁ ਸਿਨੇਮਿਆਂ 'ਚ ਲੱਗਦੀ ਆ ਅਤੇ ਲੋਕ ਇਸ ਨੂੰ ਕੀ ਰਿਸਪੋਂਸ ਦਿੰਦੇ ਹਨ। ਅਤੇ ਇੱਕ ਹੋਰ ਫਿਲਮ ਆ ਗਦਰ 1947। ਇਹ ਫਿਲਮ ਤਾਂ ਵੇਖਣ ਤੋਂ ਹੀ ਕੱਚ ਘਰੜ ਜਿਹੀ ਲੱਗਦੀ ਆ, ਕੱਚ ਘਰੜ ਜਿਹੀ ਕਾਸਟ ਆ। ਬਹੁਤ ਸਾਰੇ ਲੋਕ ਇਹੋ ਜਿਹੀਆਂ ਫਿਲਮਾਂ ਬਣਾਉਂਦੇ ਹਨ, ਅਤੇ ਮੈਂ ਇਹਦਾ ਬਹੁਤਾ ਜ਼ਿਕਰ ਵੀ ਨਹੀਂ ਕਰੂੰਗਾ। ਜੇ ਕਿਤੇ ਚੱਲ ਗਈ ਤਾਂ ਅਸੀਂ ਮਾਫ਼ੀ ਮੰਗ ਲਵਾਂਗੇ, ਪਰ ਫਿਲਮ ਦੇ ਪੋਸਟਰ ਅਤੇ ਫਿਲਮ ਦਾ ਟ੍ਰੇਲਰ ਇੱਦਾਂ ਲੱਗਦਾ ਆ ਵੀ ਜਿੱਦਾਂ ਸਭ ਕੁਛ ਸ਼ੌਕ ਪੂਰਾ ਕਰਨ ਲਈ ਕੀਤਾ ਆ ਹੁੰਦਾ। ਖੈਰ, ਸਵਾਗਤ ਆਪਾਂ ਕਰਨਾ ਆ, ਉਹ ਕਰ ਦਿੱਤਾ ਆ। ਅਤੇ ਦੋਸਤੋ, ਅੰਤ ਵਿੱਚ ਮੇਰੀ ਤੁਹਾਨੂੰ ਬੇਨਤੀ ਆ ਕਿ ਜਾਂਦੇ ਜਾਂਦੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਜਾਓ। ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ।